ਅਸਲਾਮ ਅਲੈਕਮ ਸਿਆਸੀ ਦਰਗਾਹ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿੱਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੇ ਗੋਸ਼ਕੁਜ਼ਾਰ ਆ ਚੁੱਕਿਆ ਵੱਡੇ ਰੌਲੇ ਨੇ ਤੇ ਵਡੀਆਂ ਖਬਰਾਂ ਨੇ ਯਕੀਨ ਕਰੋ ਕੱਲ ਪਰਸੋਂ ਕੈਦਾਂ ਨੂੰ ਫੜਿਆ ਗਿਆ پرویز ਲਾਈ ਮੇਰੇ ਮਿੱਠੇ ਨੂੰ ਹੁਣ پرویز ਲਾਈ ਜਿਹੜਾ ਤੁਸੀਂ ਅੰਦਾਜ਼ਾ ਲਾ ਲਓ ਕਿ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਛੁਪਿਆ ਰਿਹਾ ਪਹਿਲੇ ਇੱਕ ਸਕੂਲ ਵਿੱਚ ਘਰ ਦੇ ਸਾਹਮਣੇ ਇੱਕ ਸਕੂਲ ਉੱਥੇ ਛੁਪਿਆ ਰਿਹਾ ਉੱਥੋਂ ਕੱਢਿਆ ਘਰ ਛੁਪ ਗਿਆ ਪਲੈਨਿੰਗ ਕੀ ਕੀਤੀ ਕਿ ਮੈਂ ਜਾ ਕੇ ਛੁਪਣਾ ਗਿਲਗਿੱਤ ਦੇ ਵਿੱਚ ਅੱਛਾ ਇਹ ਸਾਰੇ ਹੀ ਗਿਲਗਿੱਤ ਦੇ ਵਿੱਚ ਕਿਉਂ ਛੁਪਦੇ ਨੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਇਸ ਤੋਂ ਪਹਿਲੇ ਕਿਹਾ ਕਿ ਇਮਰਾਨ ਰਿਆਜ਼ ਖਾਨ ਹਸਾਨ Niazi ਔਰ ਮੁਰਾਦ ਸੈਦ ਵੀ ਅਫਗਾਨਿਸਤਾਨ ਦਾ ਚੱਕਰ ਕੱਟ ਕੇ ਆਪਣੇ ਫੋਨ ਉੱਥੇ ਛੱਡ ਕੇ ਇਥੇ ਗਿਲਗਿੱਤ ਦੇ ਵਿੱਚ ਆ ਕੇ ਛੁਪੇ ਨੇ ਕਿਉਂਕਿ ਗਿਲਗਿੱਤ ਦੇ ਵਿੱਚ ਤਰੀਕੇ ਇਨਸਾਫ ਦਾ ਵਜ਼ੀਰੇ ਆਲ ਹੈ ਤੇ ਉਹਨੇ ਛੁਪਾਏ ਆ ਇਹ ਪ੍ਰਵੇਜ਼ ਲਈ ਜਿਹੜਾ ਇਹ ਵੀ ਗਿਲਗਿੱਤ ਨਸਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਨਿਕਲਦਿਆਂ ਨਾਲ ਹੀ ਸਾਇਆ ਫੜ ਲੈ ਡਿੱਗੀ ਦੇ ਵਿੱਚ ਛੁਪਿਆ ਸੀ ਡਿੱਗੀ ਦੇ ਵਿੱਚ ਪ੍ਰਵੇਜ਼ ਲਈ ਛੁਪਿਆ ਸੀ ਡਿੱਗੀ ਕਾਰ ਦੀ ਵਿੱਚ ਛੁਪਿਆ ਸੀ ਜਿਵੇਂ ਲੇਲਾ ਨੇ ਕੁਰਬਾਨੀ ਵਾਲਾ ਪਾਇਆ ਹੁੰਦਾ ਡਿੱਗੀ ਚ ਮੰਡੀ ਤੋਂ ਲੈ ਕੇ ਆ ਵੀ ਇੱਕ ਚਾਲੇ ਨੂੰ ਡਿੱਗੀ ਚ ਸੱਠ ਦਿੰਦੇ ਆ ਥੱਲੇ ਪੱਲੀ ਛੱਲੀ ਪਾ ਕੇ ਮੈਂ ਗੰਦ ਨਾ ਕਰੇ ਇਸੇ ਤਰ੍ਹਾਂ ਪੱਲੀ ਥੱਲੇ ਪਾ ਕੇ ਡਿੱਗੀ ਦੇ ਵਿੱਚ ਲੰਮਾ ਪਿਆ ਸੀ ਪ੍ਰਵੇਸ਼ ਲਾਈ ਮੈਂ ਗੰਦ ਨਾ ਕਰੇ ਜੇ ਪੋਟੀ ਕਰੇ ਵੀ ਤੇ ਉਹ ਤੇ ਡਿੱਗੇ ਇਹ ਸਾਫਤਾ ਹੋਇਆ ਸੀ ਪ੍ਰਵੇਸ਼ ਲਾਈ ਦਾ ਤੇ ਗਲਗਿੱਤ ਨਸਣ ਲੱਗਾ ਸੀ ਗਲਗਿੱਤ ਸਾਈਆਂ ਨੇ ਫੜ ਲਿਆ ਤੇ ਬੋਝ ਲਿਆ ਹੂਰੇ ਮੁੱਕੇ ਮਾਰੇ ਗੱਡੀ ਤੋੜੀ ਲੈ ਗਏ ਤਰੀਕ ਤਰੀਕ ਕੇ ਲੈ ਗਏ ਪ੍ਰਵੇਸ਼ ਲਾਈਨ ਵੱਡੇ ਚੌਰੀ ਨੂੰ ਰਾਤ ਫਿਰ ਸਵਾਇਆ ਫਰਸ਼ ਦੇ ਉੱਤੇ ਅਗਲੇ ਦਿਨ ਜ਼ਮਾਨਤ ਹੋ ਜਾਂਦੀ ਕੱਲ ਜ਼ਮਾਨਤ ਹੋ ਗਈ ਅੰਦਾਜ਼ਾ ਤੁਸੀਂ ਲਾਲਬਨਾਲੀ ਜ਼ਮਾਨਤ ਹੋ ਗਈ ਨਹੀਂ ਜ਼ਮਾਨਤ ਹੋ ਕੇ ਤਾਂ ਬਾਹਰ ਨਹੀਂ નીકਲਿਆ ਤਾਂ ਅੱਗੇ ਪੁਲਿਸ ਖੋਤੀਸ ਤੇ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਕੈਦੋ ਫਿਰ ਗ੍ਰਿਸ਼ਟਾਰ ਪੀਰਨੀ ਫਰਾਰ ਯੂਥੀਆ ਖਵਾਤ ਤਬਦੀਲੀ ਅੱਗੇ ਆਜੋ ਨਿਆਜ਼ੀ ਦਾ ਤਹਿਰੀਕ ਇਨਸਾਫ ਛੋੜਨ ਦਾ ਫੈਸਲਾ ਬਹੁਤ ਵੱਡੀ ਖਬਰ ਮੈਂ ਤੁਹਾਡੇ ਸਾਹਮਣੇ ਰੱਖਣਗਾ ਯੂਥੀਆ ਜਰਾ ਹੁਣ ਨੇੜੇ ਨੇੜੇ ਆ ਜਾ ਨਿਆਜ਼ੀ ਨੇ ਦਾ ਤਰੀਕੇ ਇਨਸਾਫ ਛੱਡਣ ਦਾ ਫੈਸਲਾ ਜੇ ਉਹ ਤੁਹਾਡੀ ਰੈਡ ਲਾਈਨ ਜਿਹੜੀ ਸੀ ਉਹ ਤਰੀਕੇ ਇਨਸਾਫ ਹੀ ਛੱਡ ਰਿਆ ਇਹ ਮਿੱਠਾ ਜੀ ਦੇ ਕੰਮ ਪਾਏ ਨੇ ਇਹ ਮਿੱਠਾ ਜੀ ਜਿੱਥੇ ਬਾੜ ਕੇ ਖੋਲ ਦਿੰਦੇ ਨੇ ਨਾ ਉਹ ਉੱਥੇ ਫਿਰ ਕੁਝ ਨਹੀਂ ਹੁੰਦਾ ਉਹ ਖਾਤਾ ਗੋਲ ਹੀ ਹੋਣਾ ਹੁੰਦਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਜਿੱਥੇ ਮਿੱਠਾ ਜੀ ਇੱਕ ਰੰ ਪੈਰ ਰੱਖ ਦੇਣ ਉਹ ਜਿਵੇਂ ਉਹ ਮਿਸਾਲ ਬਣੀ ਹੈ ਨਾ ਕਿ ਸਾਡਾ ਦੱਸਿਆ ਤੇ ਪਾਣੀ ਨਹੀਂ ਮੰਗਦਾ ਤੇ ਮਿੱਠਾ ਜੀ ਦਾ ਦੱਸਿਆ ਜਿਹੜਾ ਪਾਣੀ ਛੱਡ ਕੇ ਰੋਟੀ ਵੀ ਨਹੀਂ ਮੰਗਦਾ ਫਿਰ ਬਾਅਦ ਚ ਕਿਉਂਕਿ ਅਸੀਂ ਸਮਝਾਉਂਦੇ ਰਹੇ ਆ ਬੜਾ ਕਿ ਬੰਦੇ ਦੇ ਪੁੱਤਰ ਬਣ ਜਾ ਮੁਲਕ ਦੇ ਖਿਲਾਫ ਨਹੀਂ ਸਿਆਸਤ ਕਰੋ ਵੋਟ ਲਵੋ ਖਿਦਮਤ ਕਰੋ ਲੇਕਿਨ ਮੁਲਕ ਔਰ ਫੌਜ ਦੇ ਖਿਲਾਫ ਲੜਾਈ ਨਹੀਂ ਹੋ ਸਕਦੀ ਇਹ ਨਹੀਂ ਅਸੀਂ ਹੋਣ ਦਿਆਂ ਦੇ ਕਿਸੇ ਦਾ ਅਗਲੀ ਖਬਰ ਹੈ ਜਨਾਬ ਉਸਮਾਨ ਬੁਜ਼ਦਾਰ ਵੀ ਛੱਡ ਗਿਆ ਵਸੀਮ ਅਕਰਮ ਪਲੱਸ ਤੇ ਪ੍ਰਵੇਜ ਲਈ ਜਿਹੜਾ ਗੱਡੀ ਦੀ ਡਿੱਗੀ ਚੋਂ ਨਿਕਲੇ ਆ ਇਹ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ گوش گزار ਕਰਨੀਆਂ ਪਹਿਲੀ ਖਬਰ ਤੇ ਆ ਜੋ ਕੈਦੋਂ ਫਿਰ ਕਿਰਫਤਾਰ ਪ੍ਰਵੇਜ ਲਈ ਇੰਜ ਜਨਾਬ ਉਹਨੂੰ ਚੁੱਕ ਕੇ ਲੈ ਕੇ ਗਿਆ ਡਿੱਗੀ ਦੇ ਵਿੱਚ ਛੁਪੇ ਆ ਸ਼ਿਕਾਰ ਦੀ ਚ ਮੁੰਡਿਆਂ ਦੋ ਚਾਰ ਹੋਰੇ ਵੀ ਮਾਰੇ ਮੁੱਕੇ ਵੀ ਮਾਰੇ ਚੰਡਾਂ ਚਪੇੜਾਂ ਵੀ ਮਾਰੀਆਂ ਤਰੀਕੇ ਆ ਵੀ ਤਰੀਕ ਗੱਡੀ ਤੋਂ ਥੱਲੇ ਵੀ ਲਾਇਆ ਯਾਰ ਜਿਵੇਂ ਲੈ ਲੈ ਨਹੀਂ ਲਾਈ ਦੇ ਇੰਜ ਕਰਕੇ ਥੱਲੇ ਤੇ ਆਹ ਚੱਲ ਆ ਲੈ ਲੈ ਇਸ ਤਰ੍ਹਾਂ ਕਰ ਇੰਜ ਕਰਕੇ ਛੁਪਿਆ ਸੀ ਵਿੱਚ ਨਾ ਉਹਨਾਂ ਨੇ ਉਹਨਾਂ ਨੇ ਕਿ ਤੂੰ ਡਿੱਗੀ ਚ ਕੀ ਪਿਆ ਕਰਨਾ ਅਹੀਂ ਮੈਨੂੰ ਉੱਥੇ ਪਾਲਾ ਲੱਗਦਾ ਉੱਥੇ ਏਸੀ ਲੱਗਾ ਸੀ ਗੱਡੀ 'ਚ ਬੜਾ ਠੰਡਾ ਤੇ ਡਿੱਗੀ 'ਚ ਜਰਾ ਨੇਕ ਸੀ ਤੇ ਮੈਂ ਤਾਂ ਡਿੱਗੀ 'ਚ ਬੈਠਾ ਮਨੁਸਲਾਈ ਤੇ ਤੂੰ ਸਪੇਨ ਦੇ ਵਿੱਚ ਯਾਸ਼ੀਮ ਕਰ ਸੈਵਨ ਸਟਾਰ ਹੋਟਲਾਂ ਦੇ ਵਿੱਚ ਇੰਡੀਆ ਤੋਂ ਬਲਾਉ ਡਾਂਸਰਾਂ ਤੇ ਡਾਂਸ ਕਰਵਾ ਤੇ ਡਾਲਰ ਜਿਹੜੇ ਲੁੱਟੇ ਨੇ ਸਨੇ ਮਾਂ ਉਹ ਖਾਓ ਉੱਥੇ ਤੇ ਇੰਜੋਏ ਕਰੋ ਤੁਹਾਨੂੰ ਕੀ ਹੈ ਉਹ ਵਿਚਾਰਾ 80 ਸਾਲ ਦੀ ਉਮਰ ਹੈ ਉਹ ਇੱਥੇ ਡਿੱਗੀਆਂ 'ਚ ਛੁਪਦਾ ਫਿਰਦਾ ਤੂੰ ਉੱਥੇ ਯਾਸ਼ੀਮ ਕਰਨਾ ਫਿਰਨ ਤੇ ਨਵੇਂ ਪਲਾਜ਼ੇ ਪਿਆ ਖਰੀਦਣਾ ਤੂੰ ਬਾਰਸਲੋਨਾ ਦੇ ਵਿੱਚ ਹੈ ਅੱਛਾ ਇਹ ਕੈਦ ਨੂੰ ਫਿਰ ਗ੍ਰਿਫਤਾਰ ਕਰ ਲਿਆ ਹੋਇਆ ਕੀ ਬਾਰਾਤ ਰੱਖਿਆ ਉਥੇ ਹਰਾਮ ਕੀ ਕੀਤੀ ਅਗਲੇ ਦਿਨ ਜ਼ਮਾਨਤ ਹੋ ਗਈ ਜਿਹੜੀ ਗੱਲ ਜ਼ਮਾਨਤ ਹੋ ਜਾਂਦੀ ਫਿਰ ਕੇਸ ਚੱਲਦੇ ਜਾਂ ਹੀ ਜ਼ਮਾਨਤ ਹੋ ਗਈ ਤਾਂ ਸਾਹਮਣੇ ਪੁਲਸ ਵਾਲੇ ਫਿਰ ਖੋਤੇ ਸੀ ਉਹਨਾਂ ਕਹੇ ਸਰ ਜੀ ਇਹਦੇ ਚੋਂ ਤੇ ਹੋ ਗਈ ਤੇ ਇਹ ਨਵਾਂ ਕੇਸ ਹੈ ਆ ਜਾਓ ਜ਼ਰਾ ਬਿਸਮਿਲ੍ਲਾ ਕਰੋ ਤੁਹਾਨੂੰ ਕਹੇ ਪ੍ਰੈਸ ਕਾਨਫਰੰਸ ਕਰੋ ਤੇ ਤੂੰ ਕਹਿ ਰਿਹਾ ਕਿ ਮੈਂ ਪ੍ਰੈਸ ਕਾਨਫਰੰਸ ਨਹੀਂ ਕਰਨੀ ਮੈਂ ਤਰੀਕੇ ਇਨਸਾਫ ਨਹੀਂ ਛੱਡਣੀ ਮੈਂ ਬੜਾ ਵੱਡਾ ਯੁੱਥੀਆ ਬਣ ਚੁੱਕਿਆ ਹਾਂ ਕਿਉਂਕਿ ਮੇਰਾ ਮੁੰਡਾ ਜਿਹੜਾ ਹੈ ਯੁੱਥੀਆ ਉਹਨਾਂ ਗੱਡੀ ਚ ਬਟਾਇਆ ਡਾਲੇ ਚ ਜਿਵੇਂ ਡੰਗਰ ਨਹੀਂ ਮੰਡੀ ਚ ਲਈ ਤੇ ਸੁੱਟ ਕੇ ਉਹ ਲੈ ਗਏ ਹੁਣ ਉੱਥੇ ਪਹੁੰਚਦਾ ਪਿਆ ਅੰਦਰ ਉਹ ਲੈ ਕੇ ਅਗਲੇ ਕੇਸ ਚ ਜੇ ਇਹਦੇ ਚੋਂ ਨਿਕਲੇਗਾ ਤੇ ਅਗਲਾ ਕੇਸ ਵੀ ਤਿਆਰ 6-7 ਕੇਸ ਹੁਣ ਲੈਣ ਚ ਉਹਨਾਂ ਬਣਾ ਲੈਣ ਛੱਡਣਾ ਉਨੀ ਦੇਰ ਤੱਕ ਨਹੀਂ ਤੈਨੂੰ ਪਰਵੇਜ਼ ਲਈ ਸਾਈਆਂ ਜਿੰਨੀ ਦੇਰ ਤੱਕ ਤੂੰ ਆ ਕੇ ਮਾਫੀ ਨਹੀਂ ਮੰਗਣੀ ਜਿੰਨੀ ਦੇਰ ਤੂੰ ਆ ਕੇ ਨਹੀਂ ਕਹਿਣਾ ਕਿ ਮੇਰਾ ਕੋਈ ਤਲਕ ਨਹੀਂ ਇਮਰਾਨ ਖਾਨ ਨਾਲ ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂ ਅਸਨ ਕਦੀ ਵੇਖੇ ਹੀ ਨਹੀਂ Imran Khan ਜਿਹਨੇ ਦੇਰ ਤੱਕ ਤੂੰ ਇਹ ਨਹੀਂ ਕਹਿਣਾ ਹੁਣ ਨਹੀਂ ਦੇਰ ਤੱਕ ਤੇਰੀ ਲਿੱਤਰ ਪਰੇਡ ਹੁੰਦੀ ਰਣੀ ਹੈ ਇਹ ਪਾਕਿਸਤਾਨ ਦਾ ਮਾਮਲਾ ਪਰਵੇਜ਼ ਲਈ ਇਹ ਉਹ ਸਟੈਬਲਿਸ਼ਮੈਂਟ ਨਹੀਂ ਜਿਹੜੀ ਚੋਰੀ ਖਵਾਉਂਦੀ ਸੀ ਤੈਨੂੰ ਇਹ ਸ਼ਾਰੀ ਨੇ ਇਹ ਮੇਰੇ ਖਿਆਲ ਪਹਿਲਾ ਜਾਰਮੀ ਚੀਫ ਹੈ ਜਿਹੜਾ ਆئین ਔਰ ਕਾਨੂੰਨ ਔਰ ਪਾਕਿਸਤਾਨ ਔਰ ਪਾਕਿਸਤਾਨ ਦੀ ਤਰੱਕੀ ਫਲਾ ਔਰ ਮਜ਼ਬੂਤੀ ਦੀ ਗੱਲ ਕਰ ਰਿਹਾ ਪਹਿਲਾ ਬੰਦਾ ਮਿਲਿਆ ਸਾਨੂੰ ਤਮਨ واشریف نو سلام پیش ਕਰਨਾ ਕੇ ਜਿੰਨੇ ਇਹ ਹੀਰਾ ਲੱਭ ਕੇ ਆਂਦਾ ਅ ਵਰਨਾ ਬਾਕੀ ਤੇ ਲੈ ਲੂਗਾ ਸੀ ਫੈਜ਼ਰੀ ਸੰਤ ਤੇ ਬਿਲਕੁਲ 30 ਸਾਲਾ ਮਨਸੂਬਾ ਬਣਾ ਕੇ ਤੇ ਉਤੇ ਪਾਕਿਸਤਾਨ ਵੇਚ ਕੇ ਤੇ ਰਜਿਸਟਰੀ ਵੀ ਤੇ ਅੰਦੇ ਸੀ ਪੈਗਾਂ ਕਈਆਂ ਮੁਲਕਾਂ ਇਹ ਤੇ ਸ਼ਹਰੀ ਆਏ ਤੇ ਮੁਲਕ ਵੀ ਬਚ ਗਿਆ ਤੇ ਫੌਜ ਵੀ ਬਚ ਗਈ ਤੇ عوام ਵੀ ਬਚ ਗਈ ਤੇ ਤੁਹਾਡੇ ਵਰਗੇ ਜਿਹੜੇ ਨੇ ਉਹ ਚੋਰੀ ਖਾਨ ਵਾਲੇ ਉਹ ਅੰਦਰ ਨੇ عوام ਜਿਹੜੀ ਹੈ ਸਕੂਨ ਕਰ ਰਹੀ ਬਾਹਰ ਪਟ્રોલ ਸਸਤਾ ਹੋ ਰਿਹਾ ਚੀਜ਼ਾਂ ਅਗੋ ਮਜ਼ੀਦ ਸਸਤੀਆਂ ਹੋਣੀਆਂ ਤੇ ਜਿੰਨੀ ਦੇਰ ਤੱਕ ਪ੍ਰਵੇਸ਼ ਲਈ ਤੂੰ ਇਹ ਨਹੀਂ ਕਰਨੀ ਪ੍ਰੈਸ ਕਾਨਫਰੰਸ ਤੇਰੀ ਜਾਨ ਨਹੀਂ ਉਹ ਛੁੱਟਣੀ ਪੀਰਨੀ ਵੀ ਫਰਾਰ ਤੇ ਯੂਥੀ ਅਖਬਾਰ ਹੁਣ ਜ਼ਮਾਨਪਰਕ ਜਿਹੜਾ ਖਾਲੀ ਆ ਉਥੇ ਉੱਲੂ ਬੋਲਦੇ ਪਏ ਉਹਨਾਂ ਨੂੰ ਉੱਲੂ ਵੀ ਬਿਲਕੁਲ ਉਹ ਖਤਮ ਹੋਏ ਉੱਲੂ ਅੱਲਾ ਦੀਆਂ ਕਰਨੀਆਂ ਨੇ ਉਸ ਮਾਲਕ ਦੇ ਇਹ ਫੈਸਲੇ ਨੇ ਮੈਂ ਤੇ ਬੜੀ ਦੇਰ ਦਾ ਇਸ ਨਿਆਜ਼ੀ ਨੂੰ ਪਠਾਨ ਨੂੰ ਕਹਿ ਰਿਹਾ ਸੀ ਉਹ ਬੰਦੇ ਦਾ ਪੁੱਤਰ ਬਣ ਜਾਏ ਪਾਕਿਸਤਾਨ ਨਾਲ ਪੰਗਾ ਨਾ ਲੈ ਜਾ ਚਲਾ ਜਾ ਜਿੱਥੋਂ ਆਇਆ ਹੈ ਇਹ ਚੋਕਾ ਆਪਣਾ ਪੰਗ ਪੋਸਰਾ ਤੇ ਨਿਕਲ ਜਾ ਇੱਥੋਂ ਲੇਕਿਨ ਉਹਨੇ ਗੱਲ ਸਾਡੀ ਨਹੀਂ ਮੰਨੀ ਲੇਕਿਨ ਹੁਣ ਫਸਿਆ ਪਿਆ ਨੇ ਵਿੱਚ ਤੂੜ ਫਸਿਆ ਪਿਆ ਹੁਣ ਗਾਟੇ ਤੱਕ ਫਸਿਆ ਪਿਆ ਉੰਤਰਲੇ ਕਰਦਾ ਕਿ ਮੈਨੂੰ ਛਡਾਓ ਮੈਨੂੰ ਛਡਾਓ ਲੇਕਿਨ ਛਡਾਣ ਵਾਲਾ ਕੋਈ ਨਹੀਂ ਪਾਣੀ ਪੁੱਛਣ ਵਾਲਾ ਕੋਈ ਨਹੀਂ ਉਹ ਕਿੱਥੇ ਗਿਆ ਰਮਲ ਤੇ ਕਿੱਥੇ ਗਿਆ ਮਰਾਦ ਸੈਦ ਤੇ ਕਿੱਥੇ ਗਿਆ ਜਮੀਲ ਫਰੂਕੀ ਤੇ ਕਿੱਥੇ ਗਿਆ ਸਾਰੇ ਮਹਿਬੂਸ਼ ਖੁਸਰੇ ਤੇ ਸਾਰੇ ਮੁੰਡੇ ਕੁੜੀਆਂ ਕਿੱਥੇ ਗਏ ਫਲਕ ਜਵੇਦ ਤੇ ਸਰਮ ਜਵੇਦ ਤੇ ਫਲਾਣੀ ਤੇ ਸਭ ਗਿਆ ਸਭ ਗਿਆ ਪਾਣੀ ਪੁੱਛਣ ਵਾਲਾ ਕੋਈ ਨਹੀਂ ਰੋਟੀ ਪਕਾਉਣ ਵਾਲਾ ਕੋਈ ਨਹੀਂ ਰਹਿ ਗਿਆ ਮਕਾਫਾਤੇ ਅਮਲ ਇਹਨੂੰ ਕਹਿੰਦੇ ਨੇ ਔਰ ਇੰਨੀ ਜਲਦੀ ਇਨਸਾਫ ਇਸ ਪਾਕਿਸਤਾਨ ਨੂੰ ਮਿਲਿਆ ਕਿ ਮੈਂ ਉਸ ਮਾਲਕ ਦਾ ਸ਼ੁਕਰ ਅਦਾ ਕਰਨਾ ਚਾਹਨਾ ਕੈਦੋਂ ਫਿਰ ਗ੍ਰਿਫਤਾਰ ਪੀਰਨੀ ਫਰਾਰ ਤੇ ਯੂਥੀਆ ਅਖਬਾਰ ਤੇ ਤਬਦੀਲੀ ਆ ਗਈ ਨਾ ਫਿਰ ਇਹਨੂੰ ਕਹਿੰਦੇ ਨੇ ਤਬਦੀਲੀ ਸ਼ਾਹ ਜੀ ਸ਼ੁਕਰੀਆ ਤੁਸਾਂ ਇਹ ਤਬਦੀਲੀ ਕਰਕੇ ਦਿੱਤੀ ਹੈ ਅਗਲੀ ਖਬਰ ਤੇ ਆਜੋ ਵੱਡੀ ਖਬਰ ਇੱਥੇ ਨਿਆਜ਼ੀ ਦਾ ਤਰੀਕੇ ਇਨਸਾਫ ਛੱਡਣ ਦਾ ਵੱਡਾ ਫੈਸਲਾ ਹੁਣ ਠੀਕ ਚ ਨਾ ਰੈਡ ਲਾਈਨ ਹੁਣ ਠੀਕ ਹੋ ਗਈ ਔਰ ਨੀਲੀ ਪੀਲੀ ਹੋ ਗਈ ਰੱਤੀ ਹੋ ਗਈ ਹੈ ਕਿ ਨਹੀਂ ਇਮਰਾਨ ਖਾਨ ਨੇ ਬਾਹਰ ਦੇ ਪਤਾ ਨਹੀਂ ਬੀਬੀਸੀ ਨੂੰ ਜਾਂ ਕਿਸੇ ਨੂੰ ਇੰਟਰਵਿਊ ਦਿੱਤਾ ਉਹਨੇ ਕਿਹਾ ਮੈਂ ਤਰੀਕੇ ਇਨਸਾਫ ਛੱਡਣ ਨੂੰ ਤਿਆਰ ਆ ਅਗਰ ਮੈਨੂੰ ਇਹ ਪਾਕਿਸਤਾਨ ਤੋਂ ਬਾਹਰ ਕੱਢ ਦੇਣ ਉਹ ਆਂਦਾ ਮੈਂ ਜਿਹਨੇ ਤਰੀਕੇ ਇਨਸਾਫ ਬਣਾਈ ਸੀ ਬਲਕੇ ਬਣੀ ਤੇ ਬਾਹਰ ਸੀ ਉਹਨਾਂ ਬਣਾਈ ਸੀ ਇਸرائیਲ ਵਾਲਿਆਂ ਮੈਂ ਇਹ ਛੱਡਣ ਨੂੰ ਤਿਆਰ ਆ ਮੈਨੂੰ ਬਾਹਰ ਕੱਢ ਦਿਓ ਇਮਰਾਨ ਖਾਨ ਜਿਹੜਾ ਉਹ ਤਰੀਕੇ ਇਨਸਾਫ ਛੱਡਣ ਦਾ ਐਲਾਨ ਕਰ ਚੁੱਕਿਆ ਕਿ ਮੈਂ ਤਰੀਕੇ ਇਨਸਾਫ ਛੱਡ ਦੇਣਾ ਸਿਆਸਤ ਛੱਡ ਦੇਣਾ ਮੁਲਕ ਮੈਨੂੰ ਬਾਛ ਛੱਡਨ ਦਿਓ ਮੈਨੂੰ ਇੱਥੋਂ ਕੱਢ ਦਿਓ ਮੈਂ ਜੇਲ੍ਹ ਬਰਦਾਸ਼ਤ ਨਹੀਂ ਕਰ ਸਕਦਾ ਮੇਰੇ بڑے ਮਾਮਲਾਤ ਨੇ ਪਿੱਛੇ ਯਾਨੀ ਪਿੱਛੇ ਮੇਰੇ بڑے ਮਾਮਲਾਤ ਨੇ ਚੱਕੀ ਮੇਰੀ ਚ ਬੜੇ ਮਸਲੇ ਮਿਸਾਲ ਪੈਦਾ ਹੋਏ ਨੇ ਕਿਉਂਕਿ ਜਿੰਨਾ ਕੋ ਕਰਾਇਆ ਗੰਦ ਚੱਕੀ ਤੇ ਉਹ ਮਸਲੇ ਮਿਸਾਲ ਤੇ ਹੈ ਸਿੱਟੀ ਚ ਦਾਣਾ ਦਾ ਸਿੱਟੀ ਚ ਦਾਣਾ ਮੱਚਦਾ ਸਿੱਟੀ ਦਾਣਾ ਮੰਗਦੀ ਹੈ ਹਰ ਰਾਤ ਮੰਗਦੀ ਹੈ ਉਹ ਮੋਰੇ ਸਾਰੇ ਨਸ ਗਿਆ ਜਿਹੜੇ ਦਾਣਾ ਪਾਉਂਦੇ ਸੀ ਹੁਣ ਕੱਖ ਕੰਡਾ ਨਹੀਂ ਰਹਿ ਗਿਆ ਮਾਈ ਵੀ ਨਸ ਗਈ ਉਹ ਕੁੜੀਆਂ ਵੀ ਸਾਰੀਆਂ ਨਸ ਗਈਆਂ ਉਹ ਫੈਸਲ ਜਵੇਦ ਕਿੱਥੇ ਗਿਆ ਹੈ ਫੈਸਲ ਜਵੇਦ ਉਹ ਕਿੱਥੇ ਛੁਪਿਆ ਹੈ ਇਹ ਵੀ ਅਸੀਂ ਤੁਹਾਨੂੰ ਦੱਸਾਂਦੇ ਹੁਣ ਕੱਲ ਪਰਸੋਂ ਅਜੋ ਦੇ ਪਿੱਛੇ ਲੱਗੇ ਆ ਸੀ ਤੇ ਇਮਰਾਨ ਖਾਨ ਦਾ ਤਹਿਰੀਕ ਇਨਸਾਫ ਛੱਡਣ ਦਾ ਫੈਸਲਾ ਅੱਗੇ 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 ਅਜੋ ਆਜੋ ਆਜੋ ਖਾਸ ਤੌਰ ਤੇ ਜਿਹੜੇ ਤੁਸੀਂ ਬਾਹਰ ਬੈਠੇ ਯੂਰਪ ਵਿੱਚ مزید ਅੱਗੇ ਆਓ ਇਮਰਾਨ ਖਾਨ ਦਾ ਤਹਿਰੀਕੀ ਇਨਸਾਫ ਛੱਡਣ ਦਾ ਫੈਸਲਾ ਮਜ਼ੀਦ ਅੱਗੇ ਆ ਜਾਓ ਜਿਹੜੇ ਬਾਹਰ ਦੇ ਮੁਲਕ ਚ ਯੂਥੀ ਮੁਲਕ ਫਰੋਸ਼ ਵਤਨ ਦੁਸ਼ਮਣੋ ਮੈਂ ਕੀ ਕਹਿ ਰਿਹਾ ਇਮਰਾਨ ਖਾਨ ਨੇ ਤਰੀਕੇ ਇਨਸਾਫ ਛੱਡਣ ਦਾ ਫੈਸਲਾ ਕਰ ਲਿਆ ਤੇ ਤੁਸੀਂ ਕਿੱਥੇ ਜਾਣਾ ਹੋ ਕਿਹੜੀ ਪਾਰਟੀ ਚ ਜਾਣਾ ਕਿਹੜੀ ਤੁਹਾਡੀ ਲਾਲ ਲਾਲ ਜਿਹੜੀ ਰੈੱਡ ਲਾਈਨ ਹੈ ਕਿੱਥੇ ਜਾਣੀ ਹੁਣ ਵੱਡੀ ਖਬਰ ਦਿੱਤੀ ਹੈ ਵੱਡੀ ਖਬਰ ਅਗਲੀ ਖਬਰ ਤੇ ਆ ਜਾਓ ਉਸਮਾਨ ਬੁਜ਼ਦਾਰ ਜਿਹੜਾ ਉਹ ਵੀ ਤਰੀਕੇ ਇਨਸਾਫ ਨੂੰ ਛੱਡ ਗਿਆ ਪਾੜਾਂ ਤੇ ਮਰੀ ਗਿਆ ਸੀ ਕਥੀਆ ਗਲੀ ਸੀ ਪਿਛਲੇ 8-10 ਦਿਨ ਤੋਂ ਅੰਦਾਜ਼ ਮੇਰੇ ਦਿਲ ਨੂੰ ਪੀੜ ਹੈ ਮੇਰੇ ਗੁਰਦਿਆਂ ਨੂੰ ਪੀੜ ਹੈ ਮੇਰੇ ਮੋਢਿਆਂ ਨੂੰ ਪੀੜ ਹੈ ਮੇਰੀ ਚੱਕੀ ਨੂੰ ਪੀੜ ਹੈ ਮੇਰੇ ਫਲਾਨੀ ਨੂੰ ਪੀੜ ਦੋ ਬੀਬੀਆਂ ਨੇ ਬਜ਼ਾਰ ਦੀਆਂ ਇੱਕ ਤੋਹਫੇ ਚ ਮਿਲੀ ਸੀ ਪੀਰਨੀ ਕੋਲ ਉਹਦੀ ਜਿਹੜੀ ਸ਼ਗਿਰਤ ਹੈ ਤੇ ਇੱਕ ਪਿੰਦ ਵਾਲੀ ਹੁਣ ਅੰਦਾਜ਼ਾ ਲਾ ਬਜ਼ਾਰ ਦੀਆਂ ਦੋ ਬੀਬੀਆਂ ਜਿਹਨੂੰ ਬੋਲਣਾ ਨਹੀਂ ਆਂਦਾ ਸਲਾਮ ਲੈਣਾ ਨਹੀਂ ਆਂਦਾ ਤੇ ਦੋ ਮਾਈਆਂ ਲੈ ਕੇ ਲਗਾ ਫਿਰਦਾ ਸੀ ਅੰਦਾਜ਼ਾ ਲਾ ਲੋ ਮੈਨੂੰ ਲੱਗਾ ਹੱਕ ਸਾਡਾ ਬੰਦਾ ਹੈ ਕਿ ਸਾਨੂੰ ਕਿ ਤਰੇ ਚਾਰ ਲੱਭਣ ਜਿੰਨੀ ਅਸੀਂ ਮਿਹਨਤ ਕਰਨੇ ਆ ਲੇਕਿਨ ਸਾਨੂੰ ਤੇ ਇੱਕ ਹੀ ਪਤਾ ਨਹੀਂ ਇਹਦੇ ਤੇ ਸਾਰੀ ਖੇੜ ਹੀ ਹੈ ਤੇ ਰਹਿਣੀ ਸਾਡੀ ਅੱਛਾ ਉਸਮਾਨ ਪੁਜਦਾਰ ਜਿਹੜਾ ਉਹ ਵੀ ਛੱਡ ਗਿਆ ਪਹਾੜਾਂ ਤੋਂ ਨਿਕਲਿਆ ਦਿਲ ਦੀ ਤਕਲੀਫ ਥੋੜੀ ਜੀ ਠੀਕ ਹੋਈ ਆ ਕੇ ਉਹਨੇ ਤੌਬਾ ਕਰ ਲਈ ਉਹਨੇ ਕਿਹਾ ਮੇਰਾ ਸਿਆਸਤ ਤੋਂ ਤੌਬਾ ਮੈਂ ਤੇ ਜ਼ਿੰਮੇਦਾਰਾ ਕਰਨਾ ਮੈਂ ਤੇ ਬੰਦਾ ਹੀ ਨਹੀਂ ਸਿਆਸਤ ਦਾ ਮੇਰਾ ਤੇ ਤਲਕ ਵਾਸਤੇ ਕੁੜੀ ਮੈਂ ਤੇ ਖਾਨ ਸਾਹਿਬ ਨੂੰ ਜਾਣਦੇ ਹੀ ਨਹੀਂ ਕੌਣ ਨੇ ਤੇ ਕੌਣ ਨਹੀਂ ਪੁਜਦਾਰ ਨਸਗ ਨਸ ਗਿਆ ਬਜ਼ਦਾਰ ਨਸ ਗਿਆ ਲੇਕਿਨ ਸ਼ਾਹ ਜੀ ਜਾਣ ਨਹੀਂ ਦੇਣਾ ਫੱਕੀ ਪੂਰੀ ਦੇਣੀ ਹੈ ਜਿੰਨਾ ਪੈਸਾ ਲੁੱਟਿਆ ਬਜ਼ਦਾਰ ਨੇ ਪੂਰੀ ਫੱਕੀ ਦੇਣੀ ਹੈ ਇਹ ਇਹ ਬਸ ਤੇ ਬਹਿ ਕੇ ਆਇਆ ਸੀ ਪਹਿਲੇ ਦਿਨ ਪਸੀਨਾ ਨੂੰ ਛੁੱਟਿਆ ਸੀ ਕਾਲਾ ਪਸੀਨਾ ਤੇ ਵਜ਼ੀਰ ਆਲਾ ਪੀਰਨੀ ਦੇ ਜ਼ਰੀਏ ਨੂੰ ਬਣਾ ਕੇ ਬਸ ਤੇ ਆਇਆ ਸੀ ਗੱਡੀ ਵੀ ਇਹਦੇ ਕੋਲ ਕੋਈ ਨਹੀਂ ਸੀ ਤੇ ਅੱਜ ਖਰਪਤੀ ਦੇ ਹਿਸਾਬ ਪੂਰਾ ਲੈਣਾ ਤਾਰਕ ਜਿੰਮੀ ਕੋਲੋਂ ਤੇ ਇਹਦੇ ਕੋਲੋਂ ਅਗਲੀ ਖਬਰ ਤੇ ਆਜੋ ਪ੍ਰਵੇਸ਼ ਲਈ ਪ੍ਰਵੇਸ਼ ਲਈ ਜਿੰਨੀ ਦੇਰ ਤੱਕ ਪ੍ਰੈਸ ਕਾਨਫਰੰਸ ਕਰਕੇ ਮਾਫੀ ਨਹੀਂ ਮੰਗੇਗਾ ਤਰੀਕੇ ਇਨਸਾਫ ਨਹੀਂ ਛੱਡੇਗਾ Imran Khan ਦੀ ਦੇ ਤੇਰੇ ਦੀ ਨਹੀਂ ਕਰੇਗਾ ਉਨੀ ਦੇਰ ਤੱਕ پرویز ਲਈ ਤੇਰੀ ਜਾਨ ਨਹੀਂ ਉਛਟਣੀ ਜਿਉ ਮਰਜ਼ੀ ਤੂੰ ਕਰ ਲੈ ਜਾਂ ਅਸੀਂ ਵੀ ਤੈਨੂੰ ਅਜ ਕਹਿਨੇ ਆਪੇ ਇੱਕ ਵਿੱਚ ਫੜਿਆ ਜਾਏਗਾ ਦੂਜੇ ਵਿੱਚ ਨਿਕਲੇਗਾ ਉਹਦੇ ਵਿੱਚ ਫੜਿਆ ਜਾਏਗਾ ਉਹਦੇ ਵਿੱਚ ਨਿਕਲੇਗਾ ਜਾਨ ਨਹੀਂ ਕਿਸੇ ਦੇਣਾ ਇਹ ਮੈਂ ਗੱਲ ਤੇਰੇ ਨਾਲ ਸਿੱਧੀ ਚਾਚੂ پرویز ਲਈ ਕਰ ਰਿਹਾ ਤੇ ਇਸ ਵਾਸਤੇ ਕੈਦੋ ਫਿਰ ਗ੍ਰਿਫਤਾਰ ਪੀਰਨੀ ਫਰਾਰ ਯੂਥੀਆ ਅਖਵਾਰ ਬਜ਼ਦਾਰ ਵੀ ਫਰਾਰ ਤੇ ਨਿਆਜ਼ੀ ਜਿਹੜਾ ਉਹਨੇ ਤਰੀਕੇ ਇਨਸਾਫ ਛੱਡਣ ਦਾ ਫੈਸਲਾ ਕਰ ਲਿਆ ਅੱਜ ਛੱਡਦਾ ਕੱਲ ਛੱਡਦਾ ਮੇਰੇ ਖਿਆਲ ਨਾਲ ਜੇਲ੍ਹ ਦੀਆਂ ਜਿਹੜੀਆਂ ਪਹਿਲੀਆਂ ਤਿੰਨ ਚਾਰ ਰਾਤਾਂ ਹੋਣਗੀਆਂ ਉਹਦੇ ਵਿੱਚ ਇਹ ਤਰੀਕੇ ਇਨਸਾਫ ਛੱਡ ਦੇਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਬਾਹਰ ਯੁੱਥਿਆ ਰਹਿੰਦਾ ਉਹਦਾ ਕੀ ਬਣੇਗਾ ਕੀ ਬਣੇਗਾ ਦੱਸਣਾ ਜ਼ਰੂਰ ਬਹੁਤ ਸ਼ੁਕਰੀਆ